ਲੁਧਿਆਣਾ ਦੇ ਵਿੱਚ ਗਵਾਂਢੀਆਂ ਦੀ ਆਪਸ ਦੇ ਵਿੱਚ ਝੜਪੋਂ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਧਿਰ ਨੇ ਦੂਜੇ ਧਿਰ ਦੀ ਮਹਿਲਾ ਨਾਲ ਕੁੱਟਮਾਰ ਕੀਤੀ ਹੈ। ਹੁਣ ਦੱਸ ਦਈਏ ਕਿ ਡੰਡੇ ਨਾਲ ਮਹਿਲਾ ਦੀ ਕੁੱਟਮਾਰ ਕੀਤੀ ਹੈ ਤੇ ਕੁੱਟਮਾਰ ਦਾ ਵੀਡੀਓ ਵੀ ਵਾਇਰਲ ਹੋਇਆ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਇਸੇ ਖਬਰ ਤੇ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਸਾਡੇ ਸਹਿਯੋਗੀ ਭਰਤ ਸ਼ਰਮਾ जुड़ गए ने। जी भरत, लुधियाना दे किस इलाके दी इह घटना है ते की है पूरा मामला? बिल्कुल, तुहानू दस दिए कि लुधियाना दे पिंड हंबड़ा दे विच जिहड़ी वायरल हो रही है वीडियो, पिंड लुधियाना दे पिंड हंबड़ा दी वीडियो दसी जा रही जिहदे विच जिहड़े दो पड़ोसी आ वो आपस दे विच जिहड़े लड़ाई झगड़े दी उहनां दी जिहड़ी वीडियो है वो वायरल हो रही है। तो जैसे साफ देख सकते वीडियो वायरल हो रही है, वो जरा एक पक्ष है और दूजे पक्ष की महिला जरा बुरी तरह पीट रहा मार रहा है। जी वीडियो भी साफ दिख रहा है कि एक व्यक्ति जरा वा हाथ में डंडा भी उसने फड़िया है, बड़ी ही बुरी तरह जरा महिला नाल उसनू मारपीट कर रहा है, गाला भी कट रहा है। जो महिलावां उसके बाल नाल फड़ के उसनू सड़क में घसीट भी रहा। तुहानू दस दिए अजे तक सारा कारण नहीं पता लग पाया क्योंकि साडी गलबात करने की कोशिश जरूर की, पर अजे तक कारण नहीं पता लग पाया। जे क्योंकि चार जणे असीं जरूर गलबात कीती सी, उन्होंने कहा सीगा कि राजीनामा जिहड़ा हैगा दोवें पक्षां विच करा दित्ता गया, कोई मामला नहीं दर्ज होया। पर कितना कितने असीं सीसीटीवी विच वेख सकदे किस तरह औरत नूं जिहड़ा बुरी तरह नाल पिटिया जा रहा, उसके बाल फड़ के जिहड़ा सड़क ते घसीटिया जा रहा। जिहड़ा सारा मामला लुधियाना दे पिंड हंबड़ा दा दस्सिया जा रहा जी। ਪਰਤ ਦੋਵਾਂ ਧਿਰਾਂ ਦੇ ਕੀ ਬਿਆਨ ਨੇ, ਕੀ ਕੁਝ ਕਹਿਣਾ ਹੈ, ਕੋਈ ਬਿਆਨ ਦਾ ਸਾਹਮਣੇ ਆਇਆ? ਜੀ ਫਿਲਹਾਲ ਤੁਹਾਨੂੰ ਦੱਸਦੇ ਕਿ ਫਿਲਹਾਲ ਜਿਹੜਾ ਵਾ ਦੋਵੇਂ ਬਿਆਨਾਂ ਵਿੱਚ ਕਿਸੇ ਨੇ ਬਿਆਨ ਨਹੀਂ ਦਿੱਤਾ। ਪੁਲਿਸ ਨਾਲ ਸਾਡੀ ਜ਼ਰੂਰ ਗੱਲਬਾਤ ਹੋਈ ਤੇ ਪੁਲਿਸ ਨੇ ਇਹ ਕਿਹਾ ਸੀਗਾ ਕਿ ਛੋਟਾ ਜਿਹਾ ਮਾਮਲਾ, ਪੁਲਿਸ ਨੇ ਕਿਹਾ ਸੀਗਾ ਜਿਹੜਾ ਮਾਮਲਾ ਛੋਟਾ ਜਿਹਾ ਤੇ ਆਪਸੇ ਵਿੱਚ ਜਿਹੜਾ ਵਾ ਅਸੀਂ ਪਰਿਵਾਰਾਂ ਵਿੱਚ ਜਿਹੜਾ ਦੋਵਾਂ ਪੱਖਾਂ ਵਿੱਚ ਜਿਹੜਾ ਵਾ ਰਾਜੀਨਾਮਾ ਕਰਵਾਤਾ ਤੇ ਕੋਈ ਵੀ ਜਿਹੜਾ ਮਾਮਲਾ ਉਹ ਦਰਜ ਨਹੀਂ ਹੋਇਆ ਜੀ। ਪਰ ਇੱਕ ਗੱਲ ਹੋਰ ਪੁੱਛਣਾ ਚਾਹਾਂਗੇ ਕਿ ਕੋਈ ਜ਼ਖਮੀ ਹੋਇਆ ਹੈ ਜਾਂ ਫਿਰ ਕਿਸੇ ਨੂੰ ਕੋਈ ਸੱਟ ਪੇਟ ਲੱਗੀ ਹੈ, ਕੁਝ ਐਵੇਂ ਦੀ ਕੋਈ ਜਾਣਕਾਰੀ ਮਿਲੀ ਹੈ? ਜੀ ਬਿਲਕੁਲ, ਤੁਹਾਨੂੰ ਦੱਸ ਦਿਆਂ ਕਿ ਜਿਹੜੀ ਸੀਸੀਟੀਵੀ ਵਾਇਰਲ ਵਿੱਚ ਵੀਡੀਓ ਹੋ ਰਹੀ ਜਿਸ ਔਰਤ ਨੂੰ ਬਾਲ ਨਾਲ ਫੜ ਕੇ ਘਸੀਟਿਆ ਗਿਆ, ਉਸਨੂੰ ਜ਼ਰੂਰ ਮਾਰੀਆਂ ਮੋਟੀਆਂ ਸੱਟਾਂ ਲੱਗੀਆਂ, ਪਰ ਜਿਹੜੀ ਉਸਦੀ ਹਾਲਤ ਹੈ ਸਥਿਰ ਹੈ, ਇਲਾਜ ਉਹਦਾ ਜ਼ਰੂਰ ਚੱਲ ਰਿਹਾ ਪਰ ਉਹ ਠੀਕ ਦੱਸੀ ਜਾ ਰਹੀ ਹੈ ਜੀ। ਜੀ ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਤਮਾਮ ਖਬਰ ਤੇ ਜਾਣਕਾਰੀ ਲਈ। ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਇੱਕ ਕੁੱਟਮਾਰ ਦਾ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਕਿ ਡੰਡੇ ਨਾਲ ਮਹਿਲਾ ਦੀ ਕੁੱਟਮਾਰ ਕੀਤੀ ਗਈ।